ਮੇਰੀ ਗੱਲ ਧਿਆਨ ਨਾਲ ਸੁਣੀ ਰੀਤ। ਰੀਤ, ਇੱਥੇ ਪੱਕਾ ਕੋਈ ਨਾ ਕੋਈ ਤਾਂ ਹੈ ਜਿਹੜਾ ਸਾਨੂੰ ਅੱਗੇ ਵਧਣ ਤੋਂ ਰੋਕਣਾ ਚਾਹੁੰਦਾ। ਅਤੇ ਉਹ ਹੈ ਵੀ ਸਾਡੇ ਨੇੜੇ ਤੇੜੇ, ਸ਼ਾਇਦ ਮੇਰੇ ਉੱਤੇ ਨਜ਼ਰ ਰੱਖ ਰਿਹਾ ਹੋ। ਪਹਿਲਾਂ ਸ਼ਾਇਦ ਸਰੋਜ ਆਂਟੀ ਉੱਤੇ ਵੀ ਉਹਦੀ ਨਜ਼ਰ ਸੀ, ਪਰ ਮੈਨੂੰ ਲੱਗਦਾ ਹੁਣ ਤੇਰੇ ਨਾਲ ਦੇਖ ਲਿਆ ਉਹਨੇ ਮੈਨੂੰ। ਅਤੇ ਸੁਣ, ਉਹ ਪੱਕਾ ਤੇਰਾ ਵੀ ਪਿੱਛਾ ਕਰਨ ਦੀ ਕੋਸ਼ਿਸ਼ ਕਰੂਗਾ ਹੁਣ। ਪਰ ਉਹ ਹੋ ਕੌਣ ਸਕਦਾ? ਸ਼ਾਇਦ ਉਹੀ ਬੰਦਾ ਜਿਹੜਾ ਉਸ ਐਕਸੀਡੈਂਟ ਵਾਲੇ ਦਿਨ ਕਾਰ ਚਲਾ ਰਿਹਾ ਸੀ। ਉਹਨੇ ਮੈਨੂੰ ਇੰਸਪੈਕਟਰ ਗੁਰਮੀਤ ਨੂੰ ਸਵਾਲ ਪੁੱਛਦਿਆਂ ਦੇਖ ਲਿਆ ਸੀ, ਤਾਂ ਹੀ ਤਾਂ ਉਹਨੂੰ ਉੱਥੋਂ ਭਜਾ ਦਿੱਤਾ, ਤਾਂ ਕਿ ਸਾਨੂੰ ਇਹ ਸੱਚ ਪਤਾ ਹੀ ਨਾ ਲੱਗੇ ਕਿ ਤੇਰੇ ਪਾਪਾ ਜੀ ਦੇ ਕਤਲ ਪਿੱਛੇ ਕਿਹਦਾ ਹੱਥ ਸੀ। ਵੀ ਤੈਨੂੰ ਕੀ ਲੱਗਦਾ ਉਹ ਇਸ ਵੇਲੇ ਵੀ ਸਾਡੇ ਨੇੜੇ ਤੇੜੇ ਹੀ ਹੋਊਗਾ? ਹਾਂ, ਇਹ ਤਾਂ ਮੈਂ ਸੋਚਿਆ ਹੀ ਨਹੀਂ। ਹੋ ਸਕਦਾ, ਪਰ ਜੇ ਹੁਣ ਆਸੇ ਪਾਸੇ ਦੇਖਿਆ ਤਾਂ ਉਹਨੂੰ ਵੀ ਪਤਾ ਲੱਗ ਜੂ ਕਿ ਸਾਨੂੰ ਕਿ ਉਹਦੇ ਨੇੜੇ ਤੇੜੇ ਹੋਣ ਦਾ ਪਤਾ ਲੱਗ ਗਿਆ। ਹਾਂ, ਇਹ ਤਾਂ ਗੱਲ ਹੈ ਹੀ। ਇਹ ਤਾਂ ਕੰਮ ਖਰਾਬ ਹੋ ਗਿਆ ਰੀਤ। ਹੁਣ ਵੈਸੇ ਉਹਨੂੰ ਇਹ ਵੀ ਪਤਾ ਲੱਗ ਜੂ ਕਿ ਤੂੰ ਇਸ ਕਤਲ ਦੇ ਜਾਂਚ ਪੜਤਾਲ ਦੇ ਵਿੱਚ ਸਾਡੇ ਨਾਲ। ਫਿਰ ਤੂੰ ਡਾਕਟਰ ਅਜੇ ਨੂੰ ਲੱਭਣ ਕਿੱਦਾਂ ਜਾਏਂਗੀ? ਭੇਜ ਤਾਂ ਵੈਸੇ ਮੈਂ ਗੋਲਡੀ ਨੂੰ ਵੀ ਦੇਵਾਂ, ਪਰ ਉਹ ਮੇਰਾ ਚੰਗਾ ਦੋਸਤ ਹੈ। ਪਰ ਜੇ ਉਹਨੂੰ ਕੁਛ ਹੋ ਗਿਆ ਨਾ, ਫਿਰ ਨਾਲੇ ਮੈਂ ਤੈਨੂੰ ਇਸ ਮਸਲੇ 'ਚ ਘੜੀਸਣਾ ਨਹੀਂ ਚਾਹੁੰਦਾ, ਪਰ ਤੂੰ ਜ਼ਿੱਦੀ ਬਹੁਤ ਹੈ। ਵੈਸੇ ਉਹ ਬੰਦਾ ਸਾਡੇ ਨੇੜੇ ਤੇੜੇ ਹੀ ਆ ਨਾ, ਇਹਦੇ ਤੋਂ ਦੋ ਗੱਲਾਂ ਦਾ ਪਤਾ ਲੱਗਦਾ। ਪਹਿਲੀ ਤਾਂ ਇਹ ਕਿ ਉਹਨੂੰ ਪਹਿਲਾਂ ਤੋਂ ਹੀ ਪਾਪਾ ਜੀ ਦੇ ਕਤਲ ਵਾਲੀ ਗੱਲ ਦਾ ਪਤਾ ਸੀ, ਤੇ ਦੂਜੀ ਗੱਲ ਕਿ ਉਹ ਇਸ ਵੇਲੇ ਹੈ ਕਿੱਥੇ। ਹੁਣ ਨਾ ਸਾਨੂੰ 15 ਸਾਲ ਪੁਰਾਣੇ ਭੇਦ ਪਿੱਛੇ ਭੱਜਣ ਦੀ ਕੋਈ ਲੋੜ ਨਹੀਂ ਹੈ ਜੀ। ਹੁਣ ਸਾਨੂੰ ਇਹ ਪਤਾ ਕਰਨਾ ਹੈ ਕਿ ਉਹ ਬੰਦਾ ਹੈ ਕੌਣ ਜਿਹੜਾ ਸਾਡੇ ਨੇੜੇ ਤੇੜੇ। ਉਹੀ ਸਾਨੂੰ ਸਾਰੀ ਕਹਾਣੀ ਦੱਸੂਗਾ। ਹੁਣ ਨਾ ਸਾਨੂੰ ਬਸ ਉਹਦੇ ਲਈ ਨਾ ਜਾਲ ਬੁਣਨਾ ਪੈਣਾ। ਵਾਹ ਰੀਤ, ਇਹ ਤਾਂ ਮੈਂ ਸੋਚਿਆ ਨਹੀਂ ਸੀ। ਬਸ ਫਿਰ ਹੁਣ ਨਾ ਸਾਨੂੰ ਡਾਕਟਰ ਅਜੇ ਦੇ ਪਿੱਛੇ ਜਾਣ ਦੀ ਕੋਈ ਲੋੜ ਨਹੀਂ ਹੈ, ਹੁਣ ਸਾਨੂੰ ਕੋਈ ਹੋਰ ਹੀ ਕੰਮ ਕਰਨਾ ਪੈਣਾ। ਦੋਵੇਂ ਗੱਡੀਆਂ ਪੈਂਚਰ ਨੇ, ਹੁਣ ਰੀਤ ਤੇ ਬਾਬੀ ਡਾਕਟਰ ਅਜੇ ਕੋਲ ਛੇਤੀ ਪਹੁੰਚ ਹੀ ਨਹੀਂ ਸਕਦੇ। ਉਹਨਾਂ ਤੋਂ ਪਹਿਲਾਂ ਮੈਂ ਉੱਥੇ ਪਹੁੰਚ ਜਾਵਾਂਗਾ। ਹੁਣ ਤੇ ਰੀਤ ਤੇ ਬਾਬੀ ਦੇ ਹੱਥ ਡਾਕਟਰ ਅਜੇ ਨਹੀਂ ਆਉਂਦਾ। ਹੈਲੋ, ਮੈਨੂੰ ਹੋਰ ਪੈਸੇ ਚਾਹੀਦੇ ਨੇ, ਛੇਤੀ ਭੇਜ।
ਤੂੰ ਰੁਕ ਰੀਤ, ਆਈ ਐਮ ਕਮਿੰਗ, ਐਂਡ ਇਫ ਆਈ ਫਾਊਂਡ ਯੂ ਨਾ, ਜੇ ਤੂੰ ਮੈਨੂੰ ਉਸ ਬੌਬੀ ਦੇ ਨਾਲ ਮਿਲ ਗਈ ਨਾ ਫਿਰ। ਰਣਵੀਰ, ਇਹ ਮੇਰੇ ਪਿੱਛੇ ਆ ਰਿਹਾ। ਮਿਸਟਰ ਨਰੂਲਾ, ਹੁਣ ਤਾਂ ਰੀਤ ਨੇ ਸਾਰਾ ਬਿਜ਼ਨਸ ਖਰੀਦ ਲਿਆ, ਹੁਣ ਅਸੀਂ ਕੁਛ ਨਹੀਂ ਕਰ ਸਕਦੇ। ਹੁਣ ਤਾਂ ਸੱਪ ਲੰਘਣ ਤੋਂ ਬਾਅਦ ਲਕੀਰ ਪਿੱਟਣ ਵਾਲੀ ਗੱਲ ਹੋ ਜਾਣੀ ਹੈ। ਹੁਣ ਤਾਂ ਤੁਹਾਨੂੰ ਉਹੀ ਕਰਨਾ ਚਾਹੀਦਾ ਜੋ ਤੁਹਾਡੇ ਲਈ ਬੈਸਟ ਹੈ। ਸੁਨੈਨਾ ਜੀ, ਇਹ ਕਾਹਦੇ ਕਾਗਜ਼ ਨੇ? ਡਿਵੋਰਸ ਦੇ। ਰਣਵੀਰ, ਇਹਨਾਂ ਕਾਗਜ਼ਾਂ ਉੱਤੇ ਸਾਈਨ ਕਰ ਦੇਵੇ। ਫਿਰ ਮੈਂ ਡਿਵੋਰਸ ਦਾ ਕੇਸ ਫਾਈਲ ਕਰ ਦਊਂਗੀ। ਕਿੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਘਰ 'ਚ? ਤੁਸੀਂ ਰੀਤ ਤੇ ਰਣਵੀਰ ਦਾ ਤਲਾਕ ਕਰਾਉਣ ਨੂੰ ਫਿਰਦੇ ਹੋ? ਹੁਣ ਕੀ ਕਰੀ ਅਸੀਂ ਉਸ ਦਿਨ ਨੂੰ ਉਡੀਕੀਏ ਜਦੋਂ ਰੀਤ ਇਸ ਘਰ ਦੀਆਂ ਸਾਰੀਆਂ ਚੀਜ਼ਾਂ ਦਾ ਸਫਾਇਆ ਕਰ ਦੇਵੇ ਤੇ ਟੌਰ ਨਾਲ ਇੱਥੋਂ ਬਾਹਰ ਚਲੀ ਜਾਵੇ? ਇਹ ਗਲਤੀ ਹੈ ਤੁਹਾਡੀ, ਤੁਸੀਂ ਰੀਤ ਨੂੰ ਗਲਤ ਸਮਝ ਰਹੇ ਹੋ। ਰੀਤ ਨੇ ਇਹ ਬਿਜ਼ਨਸ ਆਪਣੇ ਲਈ ਨਹੀਂ ਖਰੀਦਿਆ, ਸਗੋਂ ਸਾਡੇ ਪਰਿਵਾਰ ਲਈ ਖਰੀਦਿਆ ਹੈ। ਮੈਂ ਰੀਤ ਨੂੰ ਚੰਗੀ ਤਰ੍ਹਾਂ ਜਾਣਦਾ। ਤੁਸੀਂ ਨਹੀਂ ਜਾਣਦੇ ਬਾਊ ਜੀ, ਉਹ ਚੰਦਨ ਦੀ ਧੀ ਹੈ, ਧੋਖੇਬਾਜ਼ ਚੰਦਨ ਦੀ ਧੀ। ਤਾਂ ਹੀ ਤਾਂ ਉਹਨੇ ਸਾਨੂੰ ਬਿਨਾਂ ਦੱਸੇ ਸਾਡੇ ਬਿਜ਼ਨਸ ਉੱਤੇ ਕਬਜ਼ਾ ਕਰ ਲਿਆ। ਜੇ ਉਹਦੇ ਦਿਲ 'ਚ ਚੋਰ ਨਾ ਹੁੰਦਾ ਤਾਂ ਉਹ ਪਹਿਲਾਂ ਸਾਰਾ ਕੁਝ ਸਾਨੂੰ ਦੱਸ ਨਾ ਦਿੰਦੀ? ਉਹਦੀ ਆਦਤ ਨਹੀਂ, ਉਹ ਜਦੋਂ ਤੱਕ ਕੰਮ ਨੂੰ ਸਿਰੇ ਨਾ ਲਾ ਲਵੇ ਉਹ ਜ਼ਿਆਦਾ ਰੋਲਾ ਨਹੀਂ ਪਾਉਂਦੀ। ਹੁਣ ਤਾਂ ਚੜ ਗਿਆ ਨਾ ਉਹਦਾ ਬਿਜ਼ਨਸ, ਹੁਣ ਦੱਸ ਦਿੰਦੀ? ਨਾਲੇ ਤੁਹਾਡੀ ਇਸ ਗੱਲ ਦਾ ਕੀ ਮਤਲਬ ਕਿ ਉਹਨੇ ਬਿਜ਼ਨਸ ਸਾਡੀ ਫੈਮਿਲੀ ਵਾਸਤੇ ਖਰੀਦਿਆ? ਤੁਹਾਡੇ ਹਿਸਾਬ ਨਾਲ
ਉਹ ਨਰੂਲਾ ਸਵੀਟਸ ਦੀ ਮਾਲਕਣ ਬਣ ਕੇ ਬੈਠੂ ਤੇ ਮੈਂ ਉਹਦੇ ਥੱਲੇ ਕੰਮ ਕਰੂੰਗਾ? ਇਹ ਨਹੀਂ ਹੋ ਸਕਦਾ ਬਾਬੂ ਜੀ, ਮੈਂ ਉਹਦੇ ਥੱਲੇ ਲੱਗ ਕੇ ਕੰਮ ਨਹੀਂ ਕਰਾਂਗਾ, ਤੇ ਨਾ ਹੀ ਇੰਦਰ ਭਾਜੀ ਕਰਨਗੇ ਤੇ ਨਾ ਹੀ ਵਿਰਾਜ। ਤੁਹਾਨੂੰ ਕਿਸੇ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਬਿਜ਼ਨਸ ਵੇਚ ਕੇ ਜਿਹੜੇ ਵੀ ਪੈਸੇ ਆਏ ਸੀ ਨਾ, ਤੇ ਜਿਹੜਾ ਵੀ ਤੁਹਾਡਾ ਹਿੱਸਾ ਬਣਦਾ ਸੀ ਉਹ ਸਾਰੇ ਤੁਹਾਡੇ ਖਾਤੇ 'ਚ ਪਾ ਦਿੱਤੇ ਨੇ। ਚੈੱਕ ਕਰ ਲਓ ਆਪਣਾ ਖਾਤਾ। ਉਹ ਖਾਲੀ ਤੇਰਾ ਨਹੀਂ, ਇੰਦਰ, ਨੈਨਸੀ, ਜੈਵੀਰ, ਨੀਤੂ, ਪਲਕ, ਅਨੰਨਿਆ, ਉਹ ਸਭ ਦੇ ਖਾਤੇ 'ਚ ਮੈਂ ਪੈਸੇ ਪਾ ਦਿੱਤੇ ਨੇ। ਜਿਹਨੇ ਪੈਸੇ ਪਾਏ ਨੇ ਨਾ, ਉਹਦੇ ਨਾਲ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ। ਬਸ ਪ੍ਰੀਤ ਨੂੰ ਬਿਜ਼ਨਸ ਕਰ ਲੈਣ ਦਿਓ, ਬਹੁਤ ਵਧੀਆ ਤਰੀਕੇ ਨਾਲ ਚਲਾਏਗੀ ਉਹ ਬਿਜ਼ਨਸ। ਬਿਜ਼ਨਸ ਮਤਲਬ ਫਾਇਦਾ, ਮਤਲਬ ਪੈਸਾ। ਹਰ ਗੱਲ ਪੈਸੇ ਦੀ ਨਹੀਂ ਹੁੰਦੀ ਬਾਬੂ ਜੀ, ਹਰ ਕੰਮ ਕਰਨ ਦਾ ਕੋਈ ਤਰੀਕਾ ਹੁੰਦਾ, ਕੋਈ ਅਸੂਲ ਹੁੰਦਾ। ਗੱਲ ਤਾਂ ਤੁਹਾਡੇ ਕੰਨੀ ਪਈ ਗਈ ਹੋਣੀ ਹੈ, ਤੁਸੀਂ ਦੇਖ ਹੀ ਲਿਆ ਲੋਕ ਸਾਡੇ ਤੇ ਕਿੱਦਾਂ ਹੱਸਦੇ ਨੇ, ਤੇ ਤੁਸੀਂ ਫਿਰ ਵੀ ਰੀਤ ਨੂੰ ਬਚਾ ਰਹੇ ਹੋ। ਇੱਕ ਵਾਰ ਰਣਵੀਰ ਨੂੰ ਆ ਲੈਣ ਦੇ, ਫਿਰ ਕਰਦੇ ਹਾਂ ਗੱਲ। ਮੇਰਾ ਹਿੱਸਾ ਵੱਖਰਾ ਤੇ ਨੈਨਸੀ ਦਾ ਵੱਖਰਾ। ਵਾਹ, ਮਤਲਬ ਮੈਂ ਤਾਂ ਜਿੰਨਾ ਸੋਚਿਆ ਸੀ ਉਹਦੇ ਤੋਂ ਵੀ ਜ਼ਿਆਦਾ ਫਾਇਦਾ ਹੋ ਗਿਆ ਮੈਨੂੰ ਤਾਂ। ਹੁਣ ਤਾਂ ਮੈਨੂੰ ਉਹ ਅਗਰਵਾਲਾ ਮੂਹਰੇ ਹੱਥ ਅੱਡਣ ਦੀ ਵੀ ਕੋਈ ਲੋੜ ਹੈ ਨਹੀਂ। ਇਹ ਤਾਂ ਕਮਾਲ ਹੀ ਹੋ ਗਿਆ। ਚੱਲ ਰੀਤ, ਇਹ ਰਜਿਸਟਰ ਆਫਿਸ ਬੰਦ ਹੋਣ ਤੋਂ ਪਹਿਲਾਂ ਆਪਾਂ ਕਾਰਵਾਈ ਪਾਉਣੀ ਹੈ। ਨੋ ਵਨ ਇਨ ਦਾ ਕਾਰ। ਹੁਣ ਕੀ ਕਰਾਂ, ਇੱਥੇ ਵੇਟ ਕਰਾਂ ਜਾਂ ਫਿਰ ਇੱਥੇ ਵੇਟ ਹੀ ਕਰਦਾ, ਇਹੀ ਸਹੀ ਰਹੇਗਾ। ਇਹ ਨਰੂਲਾ ਸਵੀਟਸ ਦੇ ਕਾਗਜ਼ ਨੇ, ਤੇ ਹੁਣ ਮੈਨੂੰ ਇਹਨਾਂ ਕਾਗਜ਼ਾਂ ਉੱਤੇ ਰੀਤ ਦੀ ਕੰਪਨੀ ਦਾ ਨਾਮ ਚੜ੍ਹਾਉਣਾ ਪਏਗਾ। ਵੈਸੇ ਬੜੀ ਚਲਾਕ ਨਿਕਲੀ ਰੀਤ, ਕਿਸੇ ਮਿਸਟਰ ਗਿੱਲ ਨੂੰ ਅੱਗੇ ਕਰਕੇ ਆਪਣਾ ਕੰਮ ਬਣਾ ਲਿਆ। ਪਰ ਮਿਸਟਰ ਗਿੱਲ ਹੈ ਕੌਣ? ਕਿਤੇ ਬੋਬੀ ਦਾ ਗੋਤ ਗਿੱਲ ਤਾਂ ਨਹੀਂ? ਸਰ, ਇਹ ਜਿਹੜੇ ਪੇਪਰ ਨੇ ਜੇ ਰੈਡੀ ਹੋਏ ਹੋਣ ਤਾਂ ਮੈਨੂੰ ਦੇ ਦਿਓ, ਮੈਂ ਸਾਰੇ ਅੱਜ ਹੀ ਭੇਜਣੇ ਨੇ। ਜਾ, ਨਹੀਂ ਭੇਜਦਾ ਅੱਜ ਮੈਂ ਕਾਗਜ਼, ਕੀ ਕਰ ਲੇਗਾ? ਇੱਕ ਦੋ ਦਿਨ ਲੱਗ ਵੀ ਗਏ ਇਸ ਕੰਮ ਵਿੱਚ, ਤਾਂ ਵੀ ਰੀਤ ਕਿਤੇ ਖਾ ਤਾਂ ਨਹੀਂ ਜਾਊਗੀ ਮੈਨੂੰ। ਉਹ ਮੈਨੂੰ ਇਹ ਕਾਗਜ਼ ਭੇਜਣ ਲਈ ਮਜਬੂਰ ਨਹੀਂ ਕਰ ਸਕਦੀ। ਹੁਣ ਤਾਂ ਇਹ ਕਾਗਜ਼ ਉਦੋਂ ਹੀ ਜਾਣਗੇ ਜਦੋਂ ਉਹ ਮਿਸਟਰ ਗਿੱਲ ਆਪਣੀ ਸ਼ਕਲ ਦਿਖਾਊਗਾ।
ਤੂੰ ਨਿਕਲ ਕਾਕਾ, ਮੈਂ ਭੇਜ ਦਾਂਗਾ ਜਦੋਂ ਕਾਗਜ਼ ਭੇਜਣੇ ਹੋਣਗੇ। ਜੀ ਸਰ। ਨਰੁੱਲਾ ਸਵੀਟਸ ਦੀ ਮਾਲਕਣ ਤਾਂ ਰੀਤ ਬਣ ਗਈ ਹੈ, ਅਤੇ ਹੁਣ ਨਰੁੱਲਾ ਸਵੀਟਸ 'ਤੇ ਉਹਦੇ ਵਿੱਚ ਸਿਰਫ ਇੱਕ ਆ ਮਿਸਟਰ ਗਿੱਲ ਦੇ ਨਾਮ ਦੀ ਹਾਈਪੋਥੀਕੇਸ਼ਨ ਰਹਿ ਗਈ ਹੈ। ਫਿਰ ਕਾਹਲੀ ਕਾਹਦੀ ਹੈ, ਹੁਣ ਤਾਂ ਨਰੁੱਲਾ ਸਵੀਟਸ ਰੀਤ ਦੇ ਹੱਥੋਂ ਕਿਤੇ ਨਹੀਂ ਜਾਂਦੀ। ਪਰ ਮੈਂ ਰੀਤ ਨੂੰ ਸਾਰਾ ਕੁਝ ਥਾਲੀ ਵਿੱਚ ਰੱਖ ਕੇ ਨਹੀਂ ਦੇਣਾ। ਉਹਦਾ ਕੰਮ ਜਿੰਨਾ ਔਖਾ ਹੋ ਸਕੇ ਉਨਾ ਔਖਾ ਕਰੂੰਗਾ ਹੀ ਕਰੂੰਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਓ ਬੈਠੋ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਆਉਣਾ ਹੋਇਆ? ਸਰ ਜੀ, ਹੋ ਗਈ ਸਾਰੀ ਤਿਆਰੀ? ਨਹੀਂ ਜੀ, ਅਜੇ ਤੱਕ ਤਾਂ ਸਾਰੇ ਪੇਪਰ ਜੀ ਨਹੀਂ ਮਿਲੇ। ਦੇਖਿਆ ਮੈਮ ਜੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਅਜੇ ਤਾਂ ਬਹੁਤ ਸਾਰੇ ਕਾਗਜ਼ ਲੱਗਣੇ ਇਹਦੇ ਨਾਲ, ਟਾਈਮ ਤਾਂ ਲੱਗਦਾ ਹੈ ਫਾਰਮੈਲਿਟੀ ਪੂਰੀ ਕਰਨ ਨੂੰ। ਫਿਰ ਵੀ ਸਰ ਜੀ, ਕਿੰਨਾ ਟਾਈਮ ਲੱਗੂਗਾ ਇਹ ਕੰਮ ਵਿੱਚ? ਟਾਈਮ ਤਾਂ ਜਿਹੜਾ ਲੱਗਣਾ ਉਹੀ ਲੱਗਣਾ ਮੈਡਮ, ਪਰ ਦੂਜੇ ਪਾਸੇ ਵੀ ਤਾਂ ਕੋਈ ਕੋਆਪਰੇਟ ਕਰਨ ਵਾਲਾ ਹੋਣਾ ਚਾਹੀਦਾ। ਜੇ ਉਹਨਾਂ ਦੇਰ ਕੀਤੀ ਤਾਂ ਤੁਹਾਨੂੰ ਵੀ ਤਾਂ ਦੇਰ ਲੱਗਣੀ ਹੈ। ਤੁਸੀਂ ਇੱਦਾਂ ਕਰੋ, ਹੁਣ ਘਰ ਜਾਓ, ਅੱਜ ਕੋਈ ਕੰਮ ਨਹੀਂ ਹੋਣਾ। ਪਰ ਰਜਿਸਟਰਰ ਨਾਲ ਕੀ ਕੰਮ ਪੈ ਗਿਆ ਰੀਤ ਨੂੰ? ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਨੇ। ਠੀਕ ਹੈ ਸਰ ਜੀ, ਅਸੀਂ ਫਿਰ ਚੱਲਦੇ ਹਾਂ। ਠੀਕ ਹੈ ਜੀ। ਇਹਨਾਂ ਟਾਈਮ ਕਿੱਥੇ ਲੱਗ ਰਿਹਾ ਇਹਨਾਂ ਨੂੰ? ਇਹ ਸਭ ਕੀ ਚੱਲ ਰਿਹਾ? ਤੁਸੀਂ ਦੋਨੋਂ ਜਾਣੇ ਇੱਥੇ ਕੀ ਕਰ ਰਹੇ ਹੋ? ਕੁਛ ਨਹੀਂ ਰਣਵੀਰ ਜੀ, ਬਸ ਇੱਕ ਕੰਮ ਸੀ। ਕੰਮ ਸੀ? ਅੱਛਾ, ਕਿਹੜਾ ਕੰਮ ਸੀ? ਆਲਰੇਡੀ ਤੂੰ ਮੇਰੇ ਫੈਮਿਲੀ ਦਾ ਬਿਜ਼ਨਸ ਐਕਵਾਇਰ ਕਰ ਹੀ ਲਿਆ, ਹੁਣ ਇੱਥੇ ਹੋਰ ਕੀ ਕੰਮ ਹੈ ਤੈਨੂੰ? ਬੋਲ। ਆਪਣੇ ਐਕਸ ਬੁਆਏਫ੍ਰੈਂਡ ਨਾਲ ਇੱਥੇ ਘੁੰਮਣਾ ਹੀ ਸੀ? ਇਹ ਕੰਮ ਸੀ ਤੈਨੂੰ? ਦੇਖ ਰਣਵੀਰ, ਜਿੱਦਾਂ ਤੂੰ ਸੋਚ ਰਿਹਾ ਉਦਾਂ ਤਾਂ ਕੁਛ ਨਹੀਂ ਹੈ, ਠੀਕ ਹੈ? ਤੂੰ ਨਾ ਵਿੱਚ ਨਾ ਬੋਲ। ਤੇ ਤੂੰ ਬੋਲ, ਦੱਸ ਹੁਣ। ਦੇਖ ਰਣਵੀਰ, ਹਾਲੇ ਤੂੰ ਗੁੱਸੇ 'ਚ ਹੈ, ਪਲੀਜ਼ ਸ਼ਾਂਤ ਹੋ ਜਾ। ਆਪਾਂ ਗੱਲ ਕਰਦੇ ਹਾਂ ਬਹਿ ਕੇ। ਹਜੇ ਤੱਕ ਮੇਰਾ ਗੁੱਸਾ ਦੇਖਿਆ ਨਹੀਂ, ਅੱਜ ਗੁੱਸਾ ਦੇਖਿਆ।
ਸਾਫ ਸਾਫ ਦੱਸ ਰੀਤ ਨੂੰ ਪੈਸੇ ਤੂੰ ਦਿੱਤੇ ਸੀ ਨਾ ਬੋਲ ਤੇ ਇਹ ਸਾਰਾ ਡਰਾਮਾ ਤੁਸੀਂ ਦੋਨਾਂ ਨੇ ਰਲ ਕੇ ਕੀਤਾ ਸੀ ਰਣਵੀਰ ਜੀ ਪਿੱਛੇ ਹਟੋ ਕੀ ਕਰ ਰਹੇ ਹੋ ਤੁਸੀਂ ਹਾਂ ਬਈ ਕੀ ਬਦਮਾਸ਼ੀ ਹੈ ਕੀ ਡਰਾਮਾ ਚੱਲ ਰਿਹਾ ਹਾਏ ਰੀਤ ਹਾਂ ਮੈਂ ਮਰ ਗਿਆ ਮੈਨੂੰ ਚੱਕਰ ਆ ਰਿਹਾ ਮੈਨੂੰ ਪਾਣੀ ਚਾਹੀਦਾ ਹਾਂ ਬਈ ਨਾਮ ਕੀ ਤੇਰਾ ਸਰ ਜੀ ਮੇਰੇ ਹਸਬੈਂਡ ਨੇ ਅੱਛਾ ਫਿਰ ਇਹ ਦੂਜਾ ਕੌਣ ਹੈ ਹਾਂਜੀ ਮੈਂ ਫਰੈਂਡ ਹਾਂ ਜੀ ਇਹਦਾ ਕੋਈ ਫਰੈਂਡ ਨਹੀਂ ਹੈ ਸਰ ਇਹ ਤਾਂ ਬੁਆਏਫ੍ਰੈਂਡ ਹੈ ਚੱਲ ਨਹੀਂ ਸਰ ਜੀ ਛੱਡੋ ਇਸ ਗੱਲ ਨੂੰ ਇਹਨਾਂ ਨੂੰ ਥੋੜੀ ਜਿਹੀ ਗਲਤ ਫਹਿਮੀ ਹੋ ਗਈ ਹੋਰ ਕੁਛ ਨਹੀਂ ਹਾਂਜੀ ਸਰ ਜੀ ਛੱਡੋ ਰਹਿਣ ਦਿਓ ਮੈਂ ਠੀਕ ਹਾਂ ਪ੍ਰੀਤ ਬੋਬੀ ਬੋਬੀ ਪਾਣੀ ਪਿਆ ਦੋ ਯਾਰ ਬੋਬੀ ਉਹ ਇਹਨਾਂ ਦਾ ਡਰਾਮਾ ਹੀ ਨਹੀਂ ਮੁੱਕਣਾ ਥਾਣੇ ਚੱਲ ਕੇ ਗੱਲ ਕਰਿਓ ਚੱਲ ਬਈ ਫੜ ਇਹਨੂੰ ਚੱਲ ਰਜਿਸਟਰ ਆਫਿਸ ਆ ਤੂੰ ਇੱਥੇ ਆ ਜਾ ਛੇਤੀ ਹੈ ਮੇਰਾ ਗਲਾ ਸੁੱਕ ਰਿਹਾ ਪਾਣੀ ਹੈਗਾ ਟੈਨਸ਼ਨ ਆ ਕੀ ਹੋਇਆ ਤੂੰ ਇੱਥੇ ਸੀ ਇੱਥੇ ਕੀ ਕਰ ਰਿਹਾ ਸੀ ਚੱਲ ਛੱਡ ਇਸ ਗੱਲ ਨੂੰ ਤੂੰ ਬੋਬੀ ਦਾ ਖਿਆਲ ਰੱਖ ਮੈਨੂੰ ਹੁਣ ਜਾਣਾ ਪੈਣਾ ਇਹ ਮਿਸਟਰ ਗਿੱਲ ਕੌਣ ਹੈ ਪਤਾ ਕਿਸੇ ਨੂੰ ਔਰ ਰੀਤ ਨੇ ਕੋਈ ਫਰਾਂਸਰ ਲੱਭਿਆ ਉਹਨੂੰ ਪਤਾ ਹੋ ਹਾਂਜੀ ਕਾਗਜ਼ਾਂ 'ਚ ਤਾਂ ਉਹਦਾ ਹੀ ਨਾਂ ਬੋਲਦਾ ਨਹੀਂ ਤਾਂ ਇਹ ਗੱਲ ਤਾਂ ਰੀਤ ਨੇ ਸਾਡੇ ਸਾਹਮਣੇ ਆਉਣੀ ਨਹੀਂ ਦੇਣੀ ਸੀ ਆਪ ਸਾਹਮਣੇ ਆਉਣਾ ਹੀ ਨਹੀਂ ਸੀ ਉਹ ਤਾਂ ਨਿਊਜ਼ ਚੈਨਲ ਵਾਲਿਆਂ ਨੂੰ ਪਤਾ ਲੱਗ ਗਿਆ ਅਤੇ ਮੈਂ ਚਾਰੇ ਪਾਸੇ ਨਜ਼ਰ ਦੌੜਾਈ ਫਿਰ ਸਾਨੂੰ ਪਤਾ ਲੱਗ ਗਿਆ ਨਹੀਂ ਤਾਂ ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ ਲੱਗਣੀ ਦੇਖਿਆ ਮਿਸਟਰ ਨਰੂਲਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੋਰਟ ਵਿੱਚ ਇਹ ਬਹੁਤ ਵੱਡਾ ਪੁਆਇੰਟ ਹੈ ਸਾਡੇ ਲਈ ਅਤੇ ਜੇ ਰੀਤ ਨੇ ਡਿਵੋਰਸ ਤੋਂ ਮਨਾ ਕਰ ਦਿੱਤਾ ਤਾਂ ਅਸੀਂ ਇਸ ਪੁਆਇੰਟ ਨੂੰ ਰੇਜ਼ ਕਰ ਸਕਦੇ ਹਾਂ ਕੋਰਟ ਵਿੱਚ ਇੰਨਾ ਕੁਛ ਕਰਤਾ ਰੀਤ ਨੇ ਤੁਸੀਂ ਉਹਨੂੰ ਇੱਦਾਂ ਹੀ ਜਾਣ ਦਿਓਗੇ ਘੱਟੋ ਘੱਟ ਉਹਨੂੰ ਘਰੋਂ ਕੱਢਣ ਦਾ ਮੌਕਾ ਤਾਂ ਮਿਲਿਆ ਸਾਨੂੰ ਹੁਣ ਮੈਂ ਉਹਨੂੰ ਇੱਥੇ ਰਹਿਣ ਨਹੀਂ ਦੇਣਾ ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡੇ ਘਰ ਦੇ ਵਿੱਚ ਜੱਗੋ ਤੇਰ ਵੀ ਹੋਣ ਲੱਗੀ ਹੈ ਹੁਣ ਹੋਰ ਕੀ ਹੋਣਾ ਬਾਕੀ ਰਹਿ ਗਿਆ ਇਸ ਘਰ 'ਚ ਬਾਹਰ ਸਲਾਹਾਂ ਚੱਲਦੀਆਂ ਪਈਆਂ ਨੇ ਰੀਤ ਤੇ ਰਣਵੀਰ ਦੇ ਤਲਾਕ ਦੀਆਂ ਨਾ ਤੁਸੀਂ ਇੱਦਾਂ ਹੀ ਹੱਥ ਤੇ ਹੱਥ ਧਰਕੇ ਬੈਠੇ ਰਹੋਗੇ ਕੁਛ ਕਰੋਗੇ ਨਹੀਂ ਮੈਂ ਰੀਤ ਨੂੰ ਚੰਗੀ ਤਰ੍ਹਾਂ ਜਾਣਦਾ ਪਿੰਨੀ ਤੇ ਮੈਨੂੰ ਇਹ ਵੀ ਪਤਾ ਹੈ ਕਿ ਇਹ ਸਾਰਾ ਕੁਛ ਉਹਨੇ ਕਿਉਂ ਕੀਤਾ ਪਰ ਹੁਣ ਮੈਂ ਨਹੀਂ ਰੋਕਣਾ ਉਹਨੂੰ ਹੁਣ ਵਾਰੀ ਹੈ ਰਣਵੀਰ ਦੀ
ਤੇ ਹੁਣ ਇਹ ਦੇਖਣਾ ਹੈ ਕਿ ਰਣਵੀਰ ਨੂੰ ਸਬੂਤਾਂ ਤੇ ਭਰੋਸਾ ਹੈ ਜਾਂ ਰੀਤ ਤੇ। ਉਹ ਤਾਂ ਬਾਅਦ ਚ ਦੇਖੀ ਜਾਊਗੀ, ਪਹਿਲਾਂ ਇਹ ਤਾਂ ਪਤਾ ਲੱਗੇ ਉਹ ਦੋਵੇਂ ਗਏ ਕਿੱਥੇ ਨੇ। ਸਰ ਪਲੀਜ਼, ਸਰ 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 ਮੈਨੂੰ ਇੱਥੋਂ ਜਾ ਲੈਣ ਦਿਓ, ਮੈਂ ਕੁਛ ਨਹੀਂ ਕੀਤਾ। ਪਲੀਜ਼ ਓਪਨ ਮਾਈ ਹੈਂਡਸ। ਇਹ ਕੌੜਾ ਕਰੇਲਾ ਤਾਂ ਹਜੇ ਵੀ ਸੜਿਆ ਹੋਇਆ, ਜੇ ਇਹਨੇ ਮੈਨੂੰ ਦੇਖ ਲਿਆ ਨਾ ਤਾਂ ਫਿਰ ਇਹ ਗਰਮ ਹੋ ਜਾਣਗੇ, ਤੇ ਇੱਥੇ ਥਾਣੇ ਵਿੱਚ ਗਰਮ ਹੋਣਾ ਸਾਡੇ ਦੋਵਾਂ ਲਈ ਸਹੀ ਨਹੀਂ ਹੈ। ਸਰ ਜੀ, ਤੁਸੀਂ ਇਹਨਾਂ ਨੂੰ ਕਦ ਤੱਕ ਛੱਡੋ ਕਿ ਹੁਣ ਤਾਂ ਛੱਡ ਦਿਓ। ਇੱਦਾਂ ਕਿੱਦਾਂ ਛੱਡਦੀ ਹੈ ਮੈਡਮ, ਸਰੇਆਮ ਮਾਰਕੁੱਟ ਕੀਤੀ ਇਹਨੇ, ਪਰਚਾ ਤਾਂ ਇਹਦੇ 'ਤੇ ਬਣ ਜਾਣਾ।